ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰਿਓ ਗਲਤੀਆਂ ਦਾ ਪੁਤਲਾ ਸੇਵਕ ਸਿਹਾਲ ਅੱਜ ਫਿਰ ਹਾਜ਼ਰ ਹੈ ਤੁਹਾਡੇ ਨਾਲ। ਦੋਸਤੋ ਇਲੈਕਸ਼ਨ ਦਾ ਟਾਈਮ ਹੈ, ਵੋਟਾਂ ਦਾ ਟਾਈਮ ਹੈ। ਤੁਹਾਨੂੰ ਪਤਾ ਹੀ ਹੈ ਕਿ ਅੱਜ 1 ਜੂਨ ਹੈ, ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਅਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਕੈਂਡੀਡੇਟ ਪੰਜਾਬ ਤੋਂ ਲੋਕ ਸਭਾ ਦੀ ਸੀਟ ਤੋਂ ਇਲੈਕਸ਼ਨ ਲੜ ਰਹੇ ਨੇ ਇਹਨਾਂ ਮੌਕਾ ਪ੍ਰਸਤ ਮਤਲਬੀ ਅਤੇ ਦਲ ਬਦਲੂ ਲੋਕਾਂ ਦੀ ਪ੍ਰੋਪਰਟੀ ਦੇ ਬਾਰੇ 'ਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਕੋਲ ਕਿੰਨੀ ਪ੍ਰੋਪਰਟੀ ਹੈ, ਧਨ ਦੌਲਤ ਹੈ। ਪਹਿਲੇ ਹੈਗੇ ਨੇ ਜੀ ਬਠਿੰਡਾ ਸੀਟ ਤੋਂ ਬੀਬਾ ਹਰਸਿਮਰਤ ਕੌਰ ਬਾਦਲ। ਇਹਨਾਂ ਦੀ ਜਿਹੜੀ ਕੁੱਲ ਸੰਪੱਤੀ ਹੈ, ਪ੍ਰੋਪਰਟੀ ਹੈ, ਉਹ ਹੈਗੀ ਹੈ 198 ਕਰੋੜ ਅਤੇ ਇਹਨਾਂ ਦੇ ਖਿਲਾਫ ਕੋਈ ਵੀ ਮੁਕੱਦਮਾ ਜਾਂ ਕੇਸ ਦਰਜ ਨਹੀਂ ਹੈਗਾ। ਇਹਨਾਂ ਦੀ ਪੜ੍ਹਾਈ 10ਵੀਂ ਤੋਂ ਬਾਅਦ ਹੈਗਾ ਡਿਪਲੋਮਾ। ਅਤੇ ਅੱਗੇ ਹੈਗੇ ਨੇ ਜੀ ਗੁਰਮੀਤ ਖੁੱਡੀਆਂ ਬਠਿੰਡਾ ਸੀਟ ਤੋਂ। ਇਹਨਾਂ ਦੀ ਸੰਪੱਤੀ ਹੈਗੀ ਹੈ ਜੀ 3 ਕਰੋੜ। ਮੁਕੱਦਮਾ ਇਹਨਾਂ ਦੇ ਖਿਲਾਫ ਕੋਈ ਵੀ ਨਹੀਂ ਹੈਗਾ। ਪੜ੍ਹਾਈ ਹੈਗੀ ਹੈ ਇਹਨਾਂ ਦੀ 10ਵੀਂ ਪਾਸ, 10th ਪਾਸ। ਅੱਗੇ ਹੈਗੇ ਨੇ ਜੀ ਬਠਿੰਡਾ ਸੀਟ ਤੋਂ ਜੀਤ ਮਹਿੰਦਰ ਸਿੱਧੂ। ਇਹਨਾਂ ਦੀ ਜਿਹੜੀ ਸੰਪੱਤੀ ਹੈ, ਪ੍ਰੋਪਰਟੀ ਹੈ, ਉਹ ਹੈਗੀ ਹੈ 30 ਕਰੋੜ ਅਤੇ ਇਹਨਾਂ ਦੇ ਖਿਲਾਫ 2 ਮੁਕੱਦਮੇ ਵੀ ਦਰਜ ਨੇ। ਪੜ੍ਹਾਈ ਹੈਗੀ ਹੈ BSc ਇੰਜੀਨੀਅਰਿੰਗ। ਅੱਗੇ ਹੈਗੇ ਨੇ ਜੀ ਬਠਿੰਡਾ ਸੀਟ ਤੋਂ ਪਰਮਪਾਲ ਕੌਰ। ਸੰਪੱਤੀ 7 ਕਰੋੜ, ਮੁਕੱਦਮਾ 0 ਅਤੇ ਪੜ੍ਹਾਈ ਇਹਨਾਂ ਨੇ ਕੀਤੀ ਹੈ MPhil। ਅੱਗੇ ਆ ਗਿਆ ਜੀ ਲੱਖਾ ਸਿਧਾਣਾ। ਇਹਨਾਂ ਦੀ ਸੰਪੱਤੀ ਹੈਗੀ ਹੈ 13 ਲੱਖ ਅਤੇ ਇਹਨਾਂ ਦੇ ਖਿਲਾਫ ਜਿਹੜੇ ਮੁਕੱਦਮੇ ਨੇ ਉਹ ਹੈਗੇ ਨੇ 15 ਅਤੇ ਇਹਨਾਂ ਨੇ ਜਿਹੜੀ ਪੜ੍ਹਾਈ ਕੀਤੀ ਹੈ ਉਹ MA ਹਿਸਟਰੀ 'ਚ ਕੀਤੀ ਹੈ। ਅੱਗੇ ਆ ਗਿਆ ਜੀ ਸੰਗਰੂਰ ਸੀਟ ਤੋਂ ਸੁਖਪਾਲ ਖਹਿਰਾ। ਸੰਪੱਤੀ 50 ਕਰੋੜ, ਕੇਸ ਦਰਜ ਹੈਗੇ ਨੇ ਇਹਨਾਂ ਦੇ ਖਿਲਾਫ 6 ਅਤੇ ਇਹਨਾਂ ਨੇ ਪੜ੍ਹਾਈ ਜਿਹੜੀ ਕੀਤੀ ਹੈ ਉਹ ਹੈਗੀ ਹੈ 12ਵੀਂ ਪਾਸ। ਅੱਗੇ ਆ ਗਏ ਜੀ ਸੰਗਰੂਰ ਸੀਟ ਤੋਂ ਸਿਮਰਨਜੀਤ ਸਿੰਘ ਮਾਨ। ਸੰਪੱਤੀ ਹੈਗੀ ਹੈ 12 ਕਰੋੜ, ਮੁਕੱਦਮਾ ਹੈਗਾ 1 ਅਤੇ ਪੜ੍ਹਾਈ ਇਹਨਾਂ ਨੇ ਕੀਤੀ ਹੈ BA। ਅੱਗੇ ਹੈਗੇ ਨੇ ਜੀ ਸੰਗਰੂਰ ਸੀਟ ਤੋਂ ਅਰਵਿੰਦ ਖੰਨਾ। ਸੰਪੱਤੀ ਹੈਗੀ ਹੈ 27 ਕਰੋੜ ਅਤੇ ਇਹਨਾਂ ਦੇ ਖਿਲਾਫ ਜਿਹੜੇ ਮੁਕੱਦਮੇ ਨੇ ਉਹ ਹੈਗੇ ਨੇ 2 ਅਤੇ ਇਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਹੈਗੀ ਹੈ ਗ੍ਰੈਜੂਏਸ਼ਨ। ਅੱਗੇ ਹੈਗੇ ਨੇ ਜੀ ਜਲੰਧਰ ਸੀਟ ਤੋਂ ਪਵਨ ਕੁਮਾਰ ਟੀਨੂ। ਸੰਪੱਤੀ 4 ਕਰੋੜ, ਮੁਕੱਦਮੇ ਇਹਨਾਂ ਦੇ ਖਿਲਾਫ 3 ਦਰਜ ਹੋਏ ਨੇ ਅਤੇ ਇਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਹੈਗੀ ਹੈ BA ਪਾਸ ਨੇ ਇਹ। ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ। ਸੰਪੱਤੀ ਹੈਗੀ ਹੈ ਜੀ 18 ਲੱਖ, ਮੁਕੱਦਮੇ ਹੈਗੇ ਨੇ 12, ਪੜ੍ਹਾਈ ਹੈਗੀ ਹੈ 10ਵੀਂ। ਅੱਗੇ ਆ ਗਏ ਜੀ ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ। ਇਹਨਾਂ ਦੀ ਜਿਹੜੀ ਪ੍ਰੋਪਰਟੀ ਹੈ ਉਹ ਹੈਗੀ ਹੈ 9 ਕਰੋੜ, ਮੁਕੱਦਮੇ ਹੈਗੇ ਨੇ 2 ਅਤੇ 12 ਪੜ੍ਹੇ ਹੋਏ ਨੇ। ਖਡੂਰ ਸਾਹਿਬ ਤੋਂ ਬਿਰਸਾ ਸਿੰਘ ਬਲਟੋਹਾ। ਪ੍ਰੋਪਰਟੀ 6 ਕਰੋੜ, ਕੇਸ ਇਹਨਾਂ ਦੇ ਖਿਲਾਫ 1 ਦਰਜ ਹੈ ਅਤੇ ਇਹਨਾਂ ਦੀ ਪੜ੍ਹਾਈ ਹੈਗੀ ਹੈ MA। ਖਡੂਰ ਸਾਹਿਬ ਸੀਟ ਤੋਂ ਕੁਲਵਿੰਦਰ ਜੀਰਾ। ਸੰਪੱਤੀ 1 ਕਰੋੜ, ਮੁਕੱਦਮੇ ਹੈਗੇ ਨੇ 2, ਪੜ੍ਹਾਈ ਹੈਗੀ ਹੈ 12ਵੀਂ। ਪਟਿਆਲਾ ਸੀਟ ਤੋਂ ਪ੍ਰਨੀਤ ਕੌਰ, ਮਹਾਰਾਣੀ ਪ੍ਰਨੀਤ ਕੌਰ। ਸੰਪੱਤੀ 60 ਕਰੋੜ, ਮੁਕੱਦਮਾ ਕੋਈ ਨਹੀਂ ਹੈਗਾ ਇਹਨਾਂ ਦੇ ਖਿਲਾਫ
ਅਤੇ ਇਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਹੈਗੀ ਹੈ ਬੀ ਏ। ਪਟਿਆਲਾ ਸੀਟ ਤੋਂ ਡਾਕਟਰ ਧਰਮਵੀਰ ਗਾਂਧੀ, ਸੰਪੱਤੀ 8 ਕਰੋੜ, ਕੇਸ ਇਹਨਾਂ ਦੇ ਖਿਲਾਫ ਕੋਈ ਨਹੀਂ ਹੈਗਾ। ਪੜ੍ਹਾਈ ਹੈਗੀ ਹੈ ਜੀ ਐੱਮ ਡੀ, ਇਹ ਡਾਕਟਰ ਨੇ। ਪਟਿਆਲਾ ਸੀਟ ਤੋਂ ਐੱਨ ਕੇ ਸ਼ਰਮਾ, ਸੰਪੱਤੀ 32 ਕਰੋੜ, ਮੁਕੱਦਮੇ ਇਹਨਾਂ ਦੇ ਖਿਲਾਫ ਨੇ 3, ਇਹਨਾਂ ਦੀ ਪੜ੍ਹਾਈ ਹੈ ਗ੍ਰੈਜੂਏਸ਼ਨ। ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ, ਸੰਪੱਤੀ 24 ਕਰੋੜ, ਮੁਕੱਦਮਾ ਇਹਨਾਂ ਦੇ ਖਿਲਾਫ 1 ਹੈ ਅਤੇ ਇਹਨਾਂ ਦੀ ਪੜ੍ਹਾਈ 10ਵੀਂ ਹੈ ਮੈਟ੍ਰਿਕ। ਫਤਿਹਗੜ੍ਹ ਸਾਹਿਬ ਤੋਂ ਜਗਦੀਪ ਸਿੰਘ ਬਰਾੜ, ਸੰਪੱਤੀ 14 ਕਰੋੜ, ਮੁਕੱਦਮਾ ਕੋਈ ਨਹੀਂ 0, ਪੜ੍ਹਾਈ 8ਵੀਂ ਪਾਸ। ਫਤਿਹਗੜ੍ਹ ਸਾਹਿਬ ਸੀਟ ਤੋਂ ਅਮਰ ਸਿੰਘ, ਪ੍ਰੋਪਰਟੀ 5 ਕਰੋੜ, ਮੁਕੱਦਮਾ 0, ਪੜ੍ਹਾਈ ਐੱਮ ਏ। ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ, ਸੰਪੱਤੀ 3 ਕਰੋੜ, ਕੇਸ ਇਹਨਾਂ ਦੇ ਖਿਲਾਫ ਕੋਈ ਵੀ ਨਹੀਂ ਹੈਗਾ ਅਤੇ ਇਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਹੈਗੀ ਹੈ +2। ਫਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ, ਸੰਪੱਤੀ 13 ਕਰੋੜ, ਮੁਕੱਦਮਾ 0, ਪੜ੍ਹਾਈ ਗ੍ਰੈਜੂਏਸ਼ਨ। ਅੰਮ੍ਰਿਤਸਰ ਤੋਂ ਇਮਾਨ ਸਿੰਘ ਮਾਨ, ਸੰਪੱਤੀ 5 ਕਰੋੜ, ਮੁਕੱਦਮਾ ਕੋਈ ਨਹੀਂ, ਪੜ੍ਹਾਈ ਗ੍ਰੈਜੂਏਸ਼ਨ। ਅੰਮ੍ਰਿਤਸਰ ਤੋਂ ਤਰਨਜੀਤ ਸੰਧੂ, ਸੰਪੱਤੀ ਹੈਗੀ ਹੈ ਜੀ 39 ਕਰੋੜ, ਮੁਕੱਦਮਾ ਇਹਨਾਂ ਦੇ ਖਿਲਾਫ ਕੋਈ ਨਹੀਂ ਹੈਗਾ ਅਤੇ ਇਹਨਾਂ ਨੇ ਜਿਹੜੀ ਪੜ੍ਹਾਈ ਕੀਤੀ ਹੈ ਉਹ ਹੈਗੀ ਹੈ ਜੀ ਪੋਸਟ ਗ੍ਰੈਜੂਏਸ਼ਨ। ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ, ਪ੍ਰੋਪਰਟੀ ਇਹਨਾਂ ਦੀ ਹੈਗੀ ਹੈ 2 ਕਰੋੜ, ਮੁਕੱਦਮਾ ਇਹਨਾਂ ਦੇ ਖਿਲਾਫ ਦਰਜ ਹੈਗਾ 1 ਅਤੇ ਇਹ 10 ਪੜ੍ਹੇ ਹੋਏ ਨੇ। ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਇਹਨਾਂ ਦੀ ਪ੍ਰੋਪਰਟੀ ਹੈਗੀ ਹੈ ਜੀ 13 ਕਰੋੜ, ਮੁਕੱਦਮੇ ਇਹਨਾਂ ਦੇ ਖਿਲਾਫ 2 ਨੇ ਅਤੇ 12 ਪੜ੍ਹੇ ਹੋਏ ਨੇ। ਅੰਮ੍ਰਿਤਸਰ ਤੋਂ ਗੁਰਜੀਤ ਔਜਲਾ, ਸੰਪੱਤੀ ਹੈਗੀ ਇਹਨਾਂ ਦੀ 5 ਕਰੋੜ, ਮੁਕੱਦਮਾ ਇਹਨਾਂ ਦੇ ਖਿਲਾਫ ਕੋਈ ਨਹੀਂ ਹੈਗਾ, ਬੀ ਏ ਕੀਤੀ ਹੋਈ ਹੈ ਇਹਨਾਂ ਦੀ। ਅੱਗੇ ਜੀ ਪਟਿਆਲਾ ਤੋਂ ਬਲਵੀਰ ਸਿੰਘ, ਇਹਨਾਂ ਦੀ ਸੰਪੱਤੀ ਹੈਗੀ ਹੈ 7 ਕਰੋੜ, ਮੁਕੱਦਮੇ ਇਹਨਾਂ ਦੇ ਖਿਲਾਫ 2 ਦਰਜ ਨੇ ਅਤੇ ਇਹ 1 ਡਾਕਟਰ ਨੇ। ਸ੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ, ਇਹਨਾਂ ਦੀ ਸੰਪੱਤੀ ਹੈਗੀ ਹੈ ਜੀ 4 ਕਰੋੜ ਅਤੇ ਮੁਕੱਦਮਾ ਇਹਨਾਂ ਦੇ ਖਿਲਾਫ ਕੋਈ ਨਹੀਂ ਹੈਗਾ, ਪੜ੍ਹਾਈ ਇਹਨਾਂ ਨੇ ਕੀਤੀ ਹੈ ਐੱਮ ਏ ਅਤੇ LLB, ਇਹ 1 ਵਕੀਲ ਵੀ ਨੇ। ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਸੰਪੱਤੀ 22 ਕਰੋੜ, ਮੁਕੱਦਮੇ ਇਹਨਾਂ ਦੇ ਖਿਲਾਫ 2 ਹੋਏ ਨੇ ਅਤੇ ਇਹ ਐੱਮ ਏ ਪਾਸ ਨੇ। ਅੱਗੇ ਹੈਗੇ ਨੇ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ, ਇਹਨਾਂ ਦੀ ਸੰਪੱਤੀ ਹੈਗੀ ਹੈ 31 ਕਰੋੜ, ਮੁਕੱਦਮਾ ਕੋਈ ਨਹੀਂ ਹੈਗਾ 0, ਅਤੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਸੰਪੱਤੀ 7 ਕਰੋੜ, ਮੁਕੱਦਮਾ 0, ਪੜ੍ਹਾਈ ਹੈਗੀ ਹੈ +2, 12ਵੀਂ ਪਾਸ। ਗੁਰਦਾਸਪੁਰ ਤੋਂ ਦਿਨੇਸ਼ ਬੱਬੂ, ਸੰਪੱਤੀ 6 ਕਰੋੜ, ਮੁਕੱਦਮਾ 0, ਪੜ੍ਹਾਈ 12ਵੀਂ। ਅੱਗੇ ਜੀ ਗੁਰਦਾਸਪੁਰ ਤੋਂ ਸ਼ੈਰੀ ਕਲਸੀ, ਸੰਪੱਤੀ 3 ਕਰੋੜ, ਮੁਕੱਦਮਾ 0, ਪੜ੍ਹਾਈ +2। ਗੁਰਦਾਸਪੁਰ ਤੋਂ ਦਲਜੀਤ ਚੀਮਾ, ਸੰਪੱਤੀ 3 ਕਰੋੜ, ਮੁਕੱਦਮੇ 2, ਪੜ੍ਹਾਈ MBBS ਡਾਕਟਰ। ਹੁਸ਼ਿਆਰਪੁਰ ਤੋਂ ਜਾਮਨੀ ਗੋਮਰ, ਸੰਪੱਤੀ 3 ਕਰੋੜ, ਮੁਕੱਦਮਾ 0, ਪੜ੍ਹਾਈ BCOM।
ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ, ਸੰਪੱਤੀ 20 ਕਰੋੜ, ਮੁਕੱਦਮਾ 0, ਪੜ੍ਹਾਈ MD ਡਾਕਟਰ। ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼, ਸੰਪੱਤੀ 1 ਕਰੋੜ, ਮੁਕੱਦਮਾ 0, ਐਜੂਕੇਸ਼ਨ 10ਵੀਂ। ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀਮਾਨ, ਸੰਪੱਤੀ 9 ਕਰੋੜ, ਮੁਕੱਦਮਾ 1, ਪੜ੍ਹਾਈ +2, 12ਵੀਂ। ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ, ਸੰਪੱਤੀ 9 ਕਰੋੜ, ਮੁਕੱਦਮਾ 0, ਪੜ੍ਹਾਈ 10th, 10ਵੀਂ। ਸੰਗਰੂਰ ਸੀਟ ਤੋਂ ਮੀਤ ਹੇਅਰ, ਸੰਪੱਤੀ ਹੈਗੀ ਇਹਨਾਂ ਦੀ 3 ਕਰੋੜ, ਮੁਕੱਦਮੇ ਇਹਨਾਂ ਦੇ ਖਿਲਾਫ 2 ਨੇ, ਪੜ੍ਹਾਈ BTECH ਕੀਤੀ ਹੋਈ ਹੈ। ਸੰਗਰੂਰ ਤੋਂ ਇਕਬਾਲ ਝੂੰਦਾ, ਸੰਪੱਤੀ 13 ਕਰੋੜ ਹੈ, ਮੁਕੱਦਮਾ ਕੋਈ ਨਹੀਂ ਹੈਗਾ, ਪੜ੍ਹਾਈ ਹੈਗੀ ਹੈ BA LLB। ਫਰੀਦਕੋਟ ਤੋਂ ਕਰਮਜੀਤ ਅਨਮੋਲ, ਸੰਪੱਤੀ 15 ਕਰੋੜ ਹੈ, ਮੁਕੱਦਮਾ ਕੋਈ ਨਹੀਂ, ਪੜ੍ਹਾਈ ਹੈਗੀ ਹੈ +2, 12ਵੀਂ। ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ, ਸੰਪੱਤੀ 1 ਕਰੋੜ, ਮੁਕੱਦਮਾ 0, ਪੜ੍ਹਾਈ 10ਵੀਂ, 10th। ਫਰੀਦਕੋਟ ਤੋਂ ਹੰਸ ਰਾਜ ਹੰਸ, ਸੰਪੱਤੀ 16 ਕਰੋੜ, ਮੁਕੱਦਮਾ 0, ਪੜ੍ਹਾਈ 10ਵੀਂ। ਫਰੀਦਕੋਟ ਤੋਂ ਅਮਰਜੀਤ ਕੌਰ ਸਾਹੂਕੇ, ਸੰਪੱਤੀ 1 ਕਰੋੜ, ਮੁਕੱਦਮਾ ਕੋਈ ਨਹੀਂ ਹੈਗਾ, 12 ਪੜ੍ਹੇ ਹੋਏ ਨੇ, +2 ਕੀਤੀ ਹੋਈ ਹੈ। ਫਰੀਦਕੋਟ ਤੋਂ ਰਾਜਵਿੰਦਰ ਧਰਮਕੋਟ, ਸੰਪੱਤੀ ਹੈਗੀ ਹੈ 1 ਕਰੋੜ, ਮੁਕੱਦਮਾ ਕੋਈ ਨਹੀਂ ਹੈਗਾ, 0, ਪੜ੍ਹਾਈ ਕੀਤੀ ਹੋਈ ਹੈ BA ਤੱਕ। ਲੁਧਿਆਣੇ ਤੋਂ ਰਾਜਾ ਬੜਿੰਗ, ਸੰਪੱਤੀ ਹੈਗੀ ਹੈ 17 ਕਰੋੜ, ਮੁਕੱਦਮਾ ਕੋਈ ਨਹੀਂ, 0, ਐਜੂਕੇਸ਼ਨ ਹੈਗੀ ਹੈ 10th, 10ਵੀਂ ਪਾਸ। ਲੁਧਿਆਣੇ ਤੋਂ ਰਵਨੀਤ ਬਿੱਟੂ, ਸੰਪੱਤੀ ਹੈਗੀ ਹੈ 17 ਕਰੋੜ, ਮੁਕੱਦਮੇ ਇਹਨਾਂ ਦੇ ਖਿਲਾਫ 3 ਨੇ, 12ਵੀਂ ਤੱਕ ਪੜ੍ਹੇ ਹੋਏ ਨੇ। ਲੁਧਿਆਣੇ ਤੋਂ ਅਸ਼ੋਕ ਪੱਪੀ ਪ੍ਰੈਸ਼ਰ, ਸੰਪੱਤੀ ਹੈਗੀ ਹੈ 8 ਕਰੋੜ, ਪਰ ਪੜ੍ਹੇ ਹੋਏ ਨੇ 7ਵੀਂ ਤੱਕ, ਮੁਕੱਦਮਾ ਇਹਨਾਂ ਦੇ ਖਿਲਾਫ ਕੋਈ ਵੀ ਨਹੀਂ ਹੈਗਾ। ਜਲੰਧਰ ਸੀਟ ਤੋਂ ਚਰਨਜੀਤ ਸਿੰਘ ਚੰਨੀ, ਸੰਪੱਤੀ 10 ਕਰੋੜ, ਮੁਕੱਦਮਾ 0, PhD ਕੀਤੀ ਹੋਈ ਹੈ ਇਹਨਾਂ ਦੀ।